ਸਾਨੂੰ ਇੱਕ ਵੀ ਲੈਟਰ ਜਿਹੜੀ ਹੈਗੀ ਆ ਉਹ ਐਸ ਐਸ ਪੀ ਜਲੰਧਰ ਦਿਹਾਤੀ ਵੱਲੋਂ ਜਿਹੜੀ ਇੱਕ ਰਿਪੋਰਟ ਬਣ ਕੇ ਆਈ ਹੈ ਜਿਹਦੇ ਅਨੁਸਾਰ ਉਹਨਾਂ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਜਿਹਦਾ ਨਾਮ ਹੈਗਾ ਗੁਜਰਾਲ ਸਿੰਘ ਸਨ ਆਫ ਜੋਗਿੰਦਰ ਸਿੰਘ ਵਾਸੀ ਬੂਥ ਪਿੰਡ ਦਾ ਹੈਗਾ। ਇਹਦੇ ਤੋਂ ਉਹਨਾਂ ਨੇ ਐਨ ਡੀ ਪੀ ਐਸ ਦਾ ਪਰਚਾ ਦੇ ਕੇ ਪੁੱਛਗਿੱਛ ਕੀਤੀ ਹੈ। ਉਹਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ ਜੋ ਰਿਪੋਰਟ ਦੇ ਅਨੁਸਾਰ ਕਿ ਉਹਨੂੰ 12 ਮਾਰਚ ਨੂੰ ਇੱਥੇ ਬਾਦਸ਼ਾਹਪੁਰ ਚੌਂਕੀ ਦੇ ਵਿੱਚ ਫੜ ਕੇ ਲਿਆਂਦਾ ਗਿਆ ਸੀਗਾ ਐਸ ਐਚ ਓ ਕੁਤਵਾਲੀ ਉਦੋਂ ਦੇ ਅਤੇ ਚੌਂਕੀ ਇੰਚਾਰਜ ਵੱਲੋਂ ਐਸ ਐਚ ਓ ਕੁਤਵਾਲੀ ਉਦੋਂ ਸੀਗੇ ਐਸ ਆਈ ਹਰਜੀਤ ਸਿੰਘ ਚੌਂਕੀ ਇੰਚਾਰਜ ਸੀ ਏ ਐਸ ਆਈ ਪਰਮਜੀਤ ਸਿੰਘ ਇਹਨਾਂ ਦੋਨਾਂ ਵੱਲੋਂ ਉਹਨੂੰ ਫੜ ਕੇ ਚੌਂਕੀ ਲਿਆਂਦਾ ਗਿਆ ਸੀ। ਉਹ ਸਾਡੇ ਲਈ ਵੀ ਕੋਲ ਵੀ ਵਾਂਟਡ ਸੀਗਾ ਪੀ ਓ ਸੀਗਾ ਐਨ ਡੀ ਪੀ ਐਸ ਦੇ ਮੁਕੱਦਮੇ ਦਾ ਅਤੇ ਉਹਨੂੰ ਛੱਡਣ ਲਈ ਇਹਨਾਂ ਨੇ ਇੱਕ ਓਂਕਾਰ ਸਿੰਘ ਆ ਪਿੰਡ ਬੋਟ ਦੇ ਰਹਿਣ ਵਾਲਾ ਉਹਦੇ ਥਰੂ 21 ਲੱਖ ਰੁਪਏ ਸੌਦਾ ਕੀਤਾ ਉਹਨੂੰ ਛੱਡਣ ਦਾ ਅਤੇ ਉਹ 21 ਲੱਖ ਰੁਪਈਏ ਲੈਣ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਬਿਨਾਂ ਕਿਸੇ ਕਾਰਵਾਈ ਤੋਂ ਛੱਡ ਦਿੱਤਾ ਗਿਆ। ਇਹ ਰਿਪੋਰਟ ਜਿਹੜੀ ਹੈਗੀ ਹੈ ਸਾਡੇ ਕੋਲ ਆਈ ਸੀ ਉਸ ਰਿਪੋਰਟ 'ਤੇ ਐਸ ਐਸ ਪੀ ਕਪੂਰਥਲਾ ਜੀ ਵੱਲੋਂ ਜਿਹੜੀ ਮੈਨੂੰ ਮਾਰਕ ਕੀਤੀ ਗਈ ਕਿ ਫੌਰੀ ਤੌਰ 'ਤੇ ਐੱਫ ਆਈ ਆਰ ਦਰਜ ਕਰਕੇ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਜਾਵੇ, ਜੋ ਕਿ ਅਸੀਂ ਇਹ 'ਚ ਐੱਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਅਸੀਂ ਦੋ ਦੋਸ਼ੀ ਜਿਹੜੇ ਹੈਗੇ ਆ ਏ ਐੱਸ ਆਈ ਪਰਮਜੀਤ ਸਿੰਘ ਔਰ ਜਿਹੜੇ ਓਂਕਾਰ ਸਿੰਘ ਵਿਲੇਜ ਬੋਰਡ ਦੇ ਹੈਗੇ ਆ ਇਹਨਾਂ ਦੋਨਾਂ ਨੂੰ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਅਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ। ਸਰ ਜਿਹੜੇ ਦੋਸ਼ੀ ਤੁਸੀਂ ਗੱਲ ਕਰ ਰਹੇ ਹੋ ਉਹ ਐੱਫ ਆਈ ਆਰ ਦੇ ਵਿੱਚ ਮੈਂਸ਼ਨ ਆ ਕਿ ਉਹਦੀ ਵਾਈਫ ਵੀ ਇਹਦੇ 'ਚ ਇਨਵੋਲਵ ਸੀ, ਕਿ ਉਹਦੀ ਵਾਈਫ ਵੀ ਨੂੰ ਵੀ ਅਰੈਸਟ ਕੀਤਾ ਗਿਆ ਰਿਸ਼ਵਤ ਦੇਣ 'ਚ ਅਤੇ ਉਹ ਵੀ ਉਹ ਅੱਜ ਅਦਰ ਇਨਵੈਸਟੀਗੇਸ਼ਨ ਚੱਲ ਰਿਹਾ ਉਹਦੇ ਵਿੱਚ ਜੋ ਵੀ ਅੱਗੇ ਆਏਗਾ ਉਹ ਤੁਹਾਨੂੰ ਅਸੀਂ ਦੱਸਾਂਗੇ। ਐੱਫ ਆਈ ਆਰ ਕਿਹੜੇ ਸੈਕਸ਼ਨਾਂ 'ਚ ਹੋਈ ਸੀ? ਐੱਫ ਆਈ ਆਰ ਇਹ ਇੱਕ 7 ਜਿਹੜੀ ਇਹ ਸੈਕਸ਼ਨ 7 ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਹੈ, 222 ਆਈ ਪੀ ਸੀ ਔਰ 120 ਬੀ ਆਈ ਪੀ ਸੀ ਦੇ ਤਹਿਤ ਇਹ ਮੁਕਦਮਾ ਦਾ। ਸਰ ਜੇ ਰੋਕੀ ਫੜਿਆ ਗਿਆ ਉਹ ਸਰਪੰਚ ਦਾ ਜੈਸੇ ਸਰਪੰਚ ਦਾ ਭਰਾ ਵਾ ਜੀ? ਕੌਣ ਜੀ? ਜੇ ਰੋਪੀ ਫੜਿਆ ਗਿਆ ਵਾ? ਹਾਂ, ਉਹ ਜਿਹੜੇ ਅਸੀਂ ਓਂਕਾਰ ਸਿੰਘ ਫੜਿਆ ਉਹ ਰਾਜਪਾਲ ਸਿੰਘ ਸਰਪੰਚ ਆ ਬੂਟ ਪਿੰਡ ਦਾ, ਉਹਦਾ ਬਰਾਬਰ ਮੌਜੂਦਾ ਕਿਹੜੀ ਕਿਹੜੀ ਪਾਰਟੀ ਦਾ ਜੀ? ਪਾਰਟੀ ਬਾਰੇ ਨਹੀਂ। ਸਰ ਲਾਸਟ ਕੁਸ਼ਚਨ ਆ, ਇੰਨੀ ਵੱਡੀ ਸਰ ਰਿਸ਼ਵਤ ਲਿੱਤੀ ਗਈ, ਕਿਤੇ ਨਾ ਕਿਤੇ ਇੰਟੈਲੀਜੈਂਸ ਦੀ ਫੇਲੀਅਰ ਨਹੀਂ ਹੈਗੀ ਕਿ ਔਰ ਜਿਹੜੀ ਜਾਣਕਾਰੀ ਵੀ ਆ ਉਹ ਦੂਸਰੇ ਜ਼ਿਲ੍ਹੇ ਦੀ ਪੁਲਿਸ ਤੋਂ ਮਿਲ ਰਹੀ ਹੈਗੀ ਆ, ਕਿਤੇ ਨਾ ਕਿਤੇ ਫੇਲੀਅਰ ਆਫ ਇੰਟੈਲੀਜੈਂਸ ਨਹੀਂ ਹੈਗੀ ਆਪਣੇ ਜ਼ਿਲ੍ਹੇ ਦੀ? ਦੇਖੋ ਇਹ ਹੋ ਸਕਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਘਾਟ ਵਾਧ ਕੋਈ ਜਿਹੜੀ ਹੈਗੀ ਹੈ ਕਿਸੇ ਇਨਵੈਸਟੀਗੇਸ਼ਨ 'ਚ ਰਹਿ ਵੀ ਜਾਂਦੀ ਹੈ, ਕੋਈ ਐਸੀ ਗੱਲ ਨਹੀਂ ਹੈ, ਪਰ ਕਦੇ ਨਾ ਕਦੇ ਚੀਜ਼ ਸਾਹਮਣੇ ਆਉਂਦੀ ਹੈ, ਸੱਚਾਈ ਹਮੇਸ਼ਾ ਸਾਹਮਣੇ ਆਈ ਜਾਂਦੀ ਹੈ, ਉਹ ਕਿਸੇ ਵੀ ਪ੍ਰਕਾਰ ਨਾਲ ਆਵੇ ਕਿਸੇ ਦੀ ਪੁੱਛਗਿੱਛ 'ਚ ਆਵੇ, ਕਿਉਂਕਿ ਐਡੀ ਵੱਡੀ ਜਿਹੜੀ ਜਿਹਨੇ ਕੋਈ ਪੈਸਾ ਕੋਈ ਲਿਆ ਕਿਸੇ ਨੂੰ ਛੱਡਣ ਦਾ ਆਰੋਪੀ ਨੂੰ, ਉਹ ਵੀ ਖਾਸ ਤੌਰ 'ਤੇ ਜਿਹੜਾ ਇੱਕ ਐੱਨ ਡੀ ਪੀ ਐੱਸ ਦਾ ਆਰੋਪੀ ਹੈ ਜਿਹਦੇ ਉੱਤੇ ਚਿੱਟੇ ਦੇ ਕਈ ਪਰਚੇ ਦਰਜ ਨੇ, ਉਸ ਨੂੰ ਲੈਂਦਾ ਹੈ ਇਹ ਜਿਹੜੀ ਐਡਾ ਵੱਡਾ ਆਰੋਪੀ ਨੂੰ ਛੱਡਣ ਦਾ ਵੈਸੇ ਹੀ ਬਹੁਤ ਜਿਹੜਾ ਹੈਗਾ ਵੱਡਾ ਇੱਕ ਇਹ ਗਲਤੀ ਹੈ, ਜਿਹੜਾ ਕਹਿ ਲਓ ਕਿ ਵਿਸ਼ਵਾਸਘਾਤ ਹੈ ਮਹਿਕਮੇ ਨਾਲ ਵੀ, ਇਹ ਚੀਜ਼ਾਂ ਲੁਕਦੀਆਂ ਨਹੀਂ ਹੁੰਦੀਆਂ, ਇਹ ਵੈਸੇ ਸਾਰਿਆਂ ਨੂੰ ਹੀ ਆਪਾਂ ਨੂੰ ਪਤਾ ਵੀ ਇਹੋ ਜਿਹੀ ਚੀਜ਼ ਕਦੇ ਲੁਕਦੀ ਨਹੀਂ ਹੈ, ਦੋਸ਼ੀ ਕਦੇ ਨਾ ਕਦੇ ਫੜੇ ਜਾਂਦੇ ਆ, ਪੁੱਛ ਗਿੱਛ ਕੋਈ ਚੀਜ਼ਾਂ ਸਾਹਮਣੇ ਆ ਜਾਂਦੀਆਂ, ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਕਦੇ ਨਾ ਕਦੇ ਹੋ ਜਾਂਦੀ ਹੈ, ਬਟ ਚਲੋ ਸੂਨਰ ਔਰ ਲੇਟਰ ਇਨਫੋਰਮੇਸ਼ਨ ਬਾਹਰ ਆਈ ਅਤੇ ਅਸੀਂ ਜੋ ਉਹਦਾ ਅਸਲੀ ਜੋ ਮੁਲਜ਼ਮ ਸੀ ਉਹ ਤੱਕ ਅਸੀਂ ਪਹੁੰਚੇ। ਸਰ ਸੁਲਤਾਨਪੁਰ ਲੋਧੀ ਨਾਲ ਵੀ ਸਰ ਕੋਈ ਤਾਰ ਜੁੜੇ, ਸੁਲਤਾਨਪੁਰ ਲੋਧੀ ਵੀ ਹਰਜੀਤ ਹੋਣੀ ਐੱਸ ਐੱਚ ਓ ਰਹੇ ਨੇ, ਉੱਥੇ ਵੀ ਕੋਈ ਇਹੋ ਜਿਹੀਆਂ ਘਟਨਾਵਾਂ ਨੂੰ ਹਜੇ ਤੱਕ ਜਿਹੜੀ ਦੇਖੋ ਅਸੀਂ ਹਜੇ ਸਿਰਫ ਇਹਦੀ ਐੱਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ, ਅੱਗੇ ਜੇ ਕੋਈ ਇਹਦੇ ਵਿੱਚ ਕੋਈ ਵੀ ਖੁਲਾਸੇ ਹੋਣਗੇ ਉਹ ਅਸੀਂ ਨਾਲ ਦੀ ਨਾਲ ਤੁਹਾਨੂੰ ਟਾਈਮ ਟੂ ਟਾਈਮ ਦੱਸ ਦਿਆਂ। ਸਰ ਕਿੰਨਾ ਨਸ਼ਾ ਸੀ ਜਿਹਨੂੰ ਲੈ ਕੇ ਜਿਹੜਾ ਸੌਦਾ ਹੋਇਆ ਸੀ? ਹਾਂਜੀ, ਨਸ਼ਾ ਕਿੰਨਾ? ਨਹੀਂ, ਨਸ਼ਾ ਕੋਈ ਨਹੀਂ ਸੀਗਾ, ਜਿਹੜਾ ਨਸ਼ਾ ਨਹੀਂ ਸੀ ਉਹ ਪੀ ਓ ਚੱਲ ਰਿਹਾ ਸੀਗਾ ਇੱਕ ਐੱਨ ਡੀ ਪੀ ਐੱਸ ਦੇ ਮੁਕੱਦਮੇ ਦੇ ਵਿੱਚ, ਉਹ ਮੁਕੱਦਮੇ ਦੇ ਵਿੱਚ ਹੀ ਉਹਨੂੰ ਜਿਹੜਾ ਹੈਗਾ ਫੜ ਕੇ ਲਿਆਉਂਦਾ ਸੀ, ਇਹ 'ਚ ਨਸ਼ਾ ਉਸ ਤੋਂ ਕੋਈ ਉਦੋਂ ਹਾਸਿਲ ਨਹੀਂ ਸੀ। ਸਰ ਐੱਸ ਆਈ ਹਰਜੀਤ ਸਿੰਘ ਹੁਣ ਫਰਾਰ ਨੇ? ਹਾਂਜੀ, ਐੱਸ ਆਈ ਹਰਜੀਤ ਸਿੰਘ ਫਰਾਰ ਚੱਲ ਰਿਹਾ। ਹੋਰ ਵੀ ਪੈਸੇ ਜਿਹੜੇ ਬਰਾਮਦ ਹੋਏ ਕੋਈ ਉੱਥੇ ਕੋਈ ਛਾਪਾਮਾਰੀ ਕੀਤੀ? ਅਸੀਂ ਚੈਕਿੰਗ ਕਰਵਾ ਰਹੇ ਹਾਂ ਦੋਸ਼ੀਆਂ ਦੇ ਘਰ ਦੀ, ਸਾਨੂੰ ਇੱਕ ਜਗ੍ਹਾ ਤੋਂ ਕੁਛ ਜਿਹੜਾ ਕੈਸ਼ ਅਤੇ ਗੋਲਡ ਔਰਨਾਮੈਂਟਸ ਮਿਲੇ ਆ ਜਿਹੜੇ ਅਸੀਂ ਪੁਲਿਸ ਕਬਜ਼ੇ 'ਚ ਲਏ ਆ, ਡਿਊਰਿੰਗ ਇਨਵੈਸਟੀਗੇਸ਼ਨ ਜਿਹਦਾ ਕਿ ਸਾਰਾ ਪਤਾ ਲਾਇਆ ਜਾਏਗਾ, ਉਹਦਾ ਜੇ ਕੋਈ ਰਿਕਾਰਡ ਨਹੀਂ ਹੋਏਗਾ ਤਾਂ ਅਸੀਂ ਉਹਦੇ ਅਕੋਰਡਿੰਗਲੀ ਜਿਹੜੀ ਹੈਗੀ ਆ ਉਹ ਕਰਦੇ। ਹਰਜੀਤ ਸਿੰਘ ਦੇ ਘਰੋਂ ਤਕਰੀਬਨ 3,39,000 ਦਾ ਕੈਸ਼ ਮਿਲਿਆ ਅਤੇ ਕੁਛ ਗੋਲਡ ਔਰਨਾਮੈਂਟਸ ਮਿਲੇ ਆ, ਕੁਛ ਸਾਨੂੰ ਬੈਂਕ ਦੇ ਰਿਗਾਰਡਿੰਗ ਡਾਕੂਮੈਂਟਸ ਵੀ ਮਿਲੇ ਆ, ਉਹ ਅਸੀਂ ਜਿਹੜੀ ਹੈ ਜੀ ਭੋਗ ਕਰ ਰਹੇ ਹਾਂ। ਠੀਕ।